ਤੋਂ ਬਾਅਦ ਮਿਲ ਜਾਣਗੀਆਂ ਤੁਹਾਨੂੰ ਚੂੜੀਆਂ। ਤੁਹਾਨੂੰ ਪੰਜਾਬ ਦਾ ਜਿਹੜਾ ਇੱਕ ਕਲਚਰ ਹੈ ਵੰਗਾਂ ਦਾ, ਚੂੜੀਆਂ ਦਾ ਸਪੈਸ਼ਲੀ ਜਿਹੜਾ ਉਹ ਬਹੁਤ ਹੀ ਵਧੀਆ ਹੈ ਕਿ ਕੱਚ ਦੀਆਂ ਜਿਹੜੀਆਂ ਚੂੜੀਆਂ ਨੇ ਉਹ ਹਰ ਥਾਂ ਦੇ ਉੱਤੇ ਮਿਲ ਜਾਂਦੀਆਂ ਨੇ ਤੁਹਾਨੂੰ। ਖਾਸ ਕਰਕੇ ਬਨਾਓ ਸ਼ਿੰਗਾਰ ਦੇ ਵਿੱਚ ਕਹਿ ਲਵੋ ਤੁਸੀਂ, ਪੰਜਾਬ ਦਾ ਇੱਕ ਕਲਚਰ ਹੈ ਜਿਹਦੇ ਵਿੱਚ ਚੂੜੀਆਂ ਦਾ ਅਗਰ ਜ਼ਿਕਰ ਨਾ ਕੀਤਾ ਜਾਵੇ, ਸ਼ਾਦੀ ਵਿਆਹ ਹੋਵੇ ਚਾਹੇ ਮੰਗਣੀ ਹੋਵੇ ਚਾਹੇ ਕੁਛ ਵੀ ਹੋਵੇ, ਉਹਦੇ ਵਿੱਚ ਅਗਰ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਜਿਹੜੀਆਂ ਵੰਗਾਂ ਨੇ ਉਹ ਬਹੁਤ ਜ਼ਿਆਦਾ ਨਜ਼ਰ ਆਉਂਦੀਆਂ ਨੇ। ਇਹ ਤੁਸੀਂ ਦੇਖੋ ਕਿੰਨੇ ਕਲਰਸ ਦੇ ਵਿੱਚ। ਔਰ ਖਾਸ ਕਰਕੇ ਸਭ ਤੋਂ ਅੱਛੀ ਗੱਲ ਹੈ ਵੇ ਕਿ ਫੀਮੇਲਸ ਜਿਹੜੀਆਂ ਨੇ ਉਹੀ ਵੰਗਾਂ ਚੜ੍ਹਾਉਂਦੀਆਂ ਨੇ, ਚਾੜਦੀਆਂ ਨੇ ਫੀਮੇਲਸ ਨੂੰ, ਯਾਨੀ ਕਿ ਜਿਹੜੇ ਵੰਗਾਰੇ ਨੇ ਉਹ ਮਰਦ ਨਹੀਂ ਹੈਗੇ, ਉਹ ਬੀਬੀਆਂ ਹੀ ਨੇ, ਉਹੀ ਜਿਹੜੀਆਂ ਨੇ ਉਹ ਚੜ੍ਹਾਉਂਦੀਆਂ ਨੇ। ਇੱਕ ਪੁਰਾਣੀ ਕਲਾ ਹੈ, ਬਹੁਤ ਆਸਤਾ ਆਸਤਾ ਮੁੱਕਦੀ ਜਾ ਰਹੀ ਹੈ। ਪਿੱਛੇ ਮੈਂ ਵੰਗਾਂ ਦੇ ਉੱਤੇ ਇੱਕ ਪ੍ਰੋਗਰਾਮ ਕੀਤਾ ਸੀ ਅਤੇ ਮੈਂ ਇੱਕ ਮਾਈ ਜਿਹੜੀ ਵੰਗਾਰੀ ਹੈ ਉਹ ਗਲੀ ਦੇ ਵਿੱਚ ਹੋਕਾ ਦਿੰਦੀ ਸੀ, ਵੰਗਾਂ ਲੈ ਲਓ ਵੰਗਾਂ। ਅਤੇ ਮੈਂ ਉਹਨੂੰ ਪੁੱਛਿਆ, ਬੀਬੀ ਕਿ ਤੁਸੀਂ ਹੁਣ ਘੱਟ ਦਿਸਦੇ ਹੋ। ਕਹਿੰਦਾ ਲੋਕ ਮਾਡਰਨ ਹੋ ਗਏ, ਲੋਕ ਹੁਣ ਆਰਟੀਫਿਸ਼ਲ ਕੜੇ ਪਾਉਣ ਲੱਗ ਪਏ, ਲੋਕ ਹੁਣ ਚੂੜਾ ਪਾਉਣ ਲੱਗ ਪਏ, ਬਟ ਵੰਗ ਜਿਹੜੀ ਹੈ ਉਹਦਾ ਇੱਕ ਆਪਣਾ ਮਜ਼ਾ ਹੈ। ਜਦੋਂ ਵੰਗ ਟੁੱਟਦੀ ਹੈ ਤਾਂ ਬੰਦਾ ਨਵੀਂ ਪਾਉਂਦਾ ਹੈ। ਪਿੱਤਲ ਦੀ, ਚਾਂਦੀ ਦੀ, ਸੋਨੇ ਦੀ ਤਾਂ ਇੱਕ ਵਾਰੀ ਤੁਸੀਂ ਲੈ ਲਈ ਤਾਂ ਉਹ ਨਾ ਟੁੱਟਣੀ ਨਾ ਜਾਨ ਛੁੱਟਣੀ। ਅਤੇ ਇਹਲੀਆਂ ਵੰਗਾਂ ਜਿਹੜੀਆਂ ਨੇ ਤਾਂ ਕਹਿ ਲਓ ਤੁਸੀਂ ਕਿ ਇੱਕ ਕਹਿੰਦੇ ਸੀ ਕਦੀ ਧੀਆਂ ਦੇ ਮੇਲੇ ਲੱਗਦੇ ਸੀ, ਤਾਂ ਅੱਜ ਮੈਨੂੰ ਉਹ ਪੰਜਾਬ ਦੇ ਧੀਆਂ ਦੇ ਮੇਲੇ ਯਾਦ ਆ ਗਏ ਨੇ। ਉਹਨਾਂ ਨੂੰ ਧੀਆਂ ਦੇ ਮੇਲੇ ਕਿਉਂ ਕਿਹਾ ਜਾਂਦਾ ਸੀ ਕਿ ਮੇਲੇ ਜਿਹੜੇ ਸਨ ਉਹ ਧੀਆਂ ਭੈਣਾਂ ਦੇ ਹੁੰਦੇ ਸਨ। ਹੁਣ ਤਾਂ ਬਸ ਨਾ ਹੀ ਪੁੱਛੋ ਕਿ ਜਿਹੜੀ ਹੈ ਹਵਾ ਚੱਲੀ ਹੋਈ ਹੈ। ਕਹਿ ਲਓ ਇੱਕ ਤਾਂ ਕਰੋਨਾ ਵਾਇਰਸ ਹੋ ਗਿਆ, ਉਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਮੇਲੇ ਨੇ ਉਹਨਾਂ ਨੂੰ ਜਿਹੜੀ ਗਲਤ ਸੁਸਾਇਟੀ ਜਿਹੜੀ ਹੈ, ਜਿਹੜਾ ਗਲਤ ਤਰੀਕਾਕਾਰ ਹੈ ਉਹਦੇ ਵਿੱਚ ਰੂਪ ਦੇ ਦਿੱਤਾ ਗਿਆ। ਤਾਂ ਸੋ ਉਹਨੂੰ ਇੱਕ ਕਿਹਾ ਜਾਂਦਾ ਕਿ ਇੱਕ ਫਜ਼ੂਲ ਚੀਜ਼ ਹੈ। ਦੇਖੋ ਤੁਸੀਂ ਇਹ ਕਿੰਨੀਆਂ ਬੀਬੀਆਂ ਭੈਣਾਂ ਬੈਠੀਆਂ ਨੇ, ਇਹਨਾਂ ਸਾਰਿਆਂ ਦਾ ਰਿਜ਼ਕ ਇਹਨਾਂ ਵੰਗਾਂ ਦੇ ਨਾਲ ਹੀ ਜੁੜਿਆ ਹੋਇਆ ਹੈ, ਇਹਨਾਂ ਚੂੜੀਆਂ ਦੇ ਨਾਲ ਹੀ ਜੁੜਿਆ ਹੋਇਆ ਹੈ। ਅਗਰ ਇਹ ਚੂੜੀਆਂ ਵੇਚਣਗੇ ਤਾਂ ਫਿਰ ਹੀ ਕੁਛ ਇਹਨਾਂ ਦੇ ਪੇਟ ਪਾਲਣ ਪੋਸ਼ਣ ਹੋਏਗਾ, ਇੱਕ ਮੇਲੇ ਤੋਂ ਦੂਜੇ ਮੇਲੇ ਤੱਕ, ਦੂਜੇ ਮੇਲੇ ਤੋਂ ਤੀਜੇ ਮੇਲੇ ਤੱਕ। ਉਹ ਦੇਖੋ ਤੁਸੀਂ ਨਿੱਕੀ ਜਿਹੀ ਗੁੱਡੀ ਜਿਹੜੀ ਹੈ ਉਹ ਚੂੜੀਆਂ ਚੜ੍ਹਾ ਰਹੀ ਹੈ, ਅਤੇ ਇਹਦੀ ਇਸ ਚੀਜ਼ ਦੀ ਇੱਕ ਇਹੀ ਪਹਿਚਾਣ ਹੈ ਕਿ ਜਦੋਂ ਤੁਸੀਂ ਇਹ ਚੂੜੀਆਂ ਚਾੜਦੇ ਹੋ, ਕਈ ਵਾਰੀ ਚਾੜਦੇ ਚਾੜਦੇ ਤੁਹਾਡੀਆਂ ਇੱਕ ਦੋ ਟੁੱਟ ਜਾਂਦੀਆਂ ਨੇ, ਠੀਕ ਹੈ। ਕਈ ਵਾਰੀ ਜਿਹੜੀਆਂ ਨੇ ਤੁਸੀਂ ਉਹ ਚੜਾਉਂਦੇ ਹੋ ਥੋੜ੍ਹੇ ਦਿਨ ਰਹਿ ਕੇ, ਕਈ ਵਾਰ ਬੀਬੀਆਂ ਭਾਂਡੇ ਧੋਂਦੀਆਂ ਨੇ ਉਸ ਵੇਲੇ ਕੱਪੜੇ ਧੋਂਦਿਆਂ, ਯਾਨੀ ਕਿ ਉਹ ਟੁੱਟ ਜਾਂਦੀਆਂ ਨੇ, ਤਿੜਕ ਜਾਂਦੀਆਂ ਨੇ। ਤਾਂ ਸੋ ਹੁਣ ਆਸਤਾ ਆਸਤਾ ਜਿਹੜਾ ਇਹ ਵੰਗਾਂ ਦਾ ਟ੍ਰੈਂਡ ਹੈ ਜਿਹੜਾ ਉਹ ਘੱਟਦਾ ਜਾ ਰਿਹਾ। ਜੁੜੇ ਰਹੋ ਆਪਣੇ ਹੀ ਪੰਜਾਬ ਦੇ ਨਾਲ, ਆਪਣੇ ਹੀ ਕਲਚਰ ਦੇ ਨਾਲ। ਭੁੱਲ ਭੁਲੇਖੇ ਅੱਲਾ ਰੱਖੇ ਕਹਿੰਦੇ ਹੁੰਦੇ ਸੀ, ਅਤੇ ਆਪਣੇ ਕਲਚਰ ਦੇ ਨਾਲ ਜੁੜ ਕੇ, ਆਪਣੇ ਕਲਚਰ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਰੀਤਾਂ ਨੇ ਉਹਨਾਂ ਨੂੰ ਜੋੜ ਕੇ ਰੱਖੋ। ਖੁਦਾਰਾ ਇਹ ਪੰਜਾਬ ਦਾ ਇੱਕ ਅਨਮੋਲ ਵਿਰਸਾ ਹੈ, ਇਹਨੂੰ ਖਤਮ ਨਾ ਹੋਣ ਦਿਓ। ਤੁਸੀਂ ਦੇਖੋ ਡੱਬੇ ਭਰੇ ਪਏ ਨੇ, ਹੁਣ ਉਹੀ ਗੱਲ ਆ ਜਾਂਦੀ ਹੈ ਕਿ ਕੁਛ ਲੋਕ ਲੈਂਦੇ ਨੇ, ਕੁਛ ਲੋਕ ਦੇਖ ਕੇ ਸਿਰਫ ਚਲੇ ਜਾਂਦੇ ਨੇ। ਔਰ ਵਜ੍ਹਾ ਹੈ ਉਹਦੀ ਕਿ ਲੋਕ ਅੱਜ ਕੱਲ੍ਹ ਮਾਡਰਨ ਹੋ ਗਏ ਨੇ ਔਰ ਵਿਲੇਜ ਲਾਈਫ ਜਿਹੜੀ ਹੈ ਉਹਨੂੰ ਲੋਕ ਲਾਈਕ ਨਹੀਂ ਕਰਦੇ, ਔਰ ਅਰਬਨਾਈਜੇਸ਼ਨ ਜਿਹੜੀ ਹੈ ਉਹ ਇੰਨੀ ਸਪੀਡ ਨਾਲ ਫੈਲੀ ਹੈ ਕਿ ਉਹਨੇ ਵਿਲੇਜ ਲਾਈਫ ਨੂੰ ਖਾ ਲਿਆ। ਚੱਲਦੇ ਹਾਂ ਅੱਗੇ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਮਜ਼ੀਦ ਗਾਰਿਆਂ ਦੀ ਔਰ ਵੰਗਾਂ ਚਾੜਨ ਵਾਲਿਆਂ ਦੀ। ਇੱਕ ਦੁੱਖ ਬੜੀ ਕਹਾਣੀ ਹੈ, ਭੈਣ ਕਹਿ ਰਹੀ ਹੈ ਵੰਗਾਂ ਤਾਂ ਹੈਗੀਆਂ, ਵੰਗਾਰੇ ਵੀ ਹੈ ਨੇ, ਪਰ ਵੰਗਾਂ ਚੜ੍ਹਾਉਣ ਵਾਲਾ ਕੋਈ ਨਹੀਂ ਹੈਗਾ। ਅਤੇ ਬਹੁਤ ਦੁੱਖ ਹੁੰਦਾ ਜਦੋਂ ਖਾਸ ਕਰਕੇ ਤੀਆਂ ਦੇ ਮੇਲੇ ਲੱਗਦੇ ਸਨ ਅਤੇ ਉਸ ਵੇਲੇ ਲੋਕ ਸਭ ਤੋਂ ਜ਼ਿਆਦਾ ਵੰਗਾਂ ਹੀ ਚੜ੍ਹਾਉਂਦੇ ਸਨ। ਭੈਣਾਂ ਵੰਗਾਂ ਚਾੜਦੀਆਂ ਸਨ, ਬੀਬੀਆਂ ਚਾੜਦੀਆਂ ਸਨ, ਇਹ ਕਹਿ ਲਓ ਤੁਸੀਂ ਕਿ ਬੇਟੀਆਂ ਚਾੜਦੀਆਂ ਸਨ। ਬਟ ਹੁਣ ਇਹ ਕਿਉਂ ਲੋਕਾਂ ਦਾ ਰਿਵਾਜ਼ ਕਿਉਂ ਮੁੱਕਦਾ ਜਾ ਰਿਹਾ? ਭੈਣ ਨਾਲ ਗੱਲ ਕਰ ਰਹੇ ਹਾਂ ਜਿਹੜੇ ਵੰਗਾਂ ਲੈ ਕੇ ਬੈਠੇ ਉਹਨੇ, ਔਰ ਸਟਾਲ ਵੀ ਖਾ ਲਿਆ। ਅਸਲਾਮ ਵਾਲੇਕੁਮ ਭੈਣ ਜੀ, ਕੀ ਗੱਲ ਹੈ? ਤੁਸੀਂ ਇਕੱਲੇ ਹੀ ਬੈਠੇ ਹੋ ਔਰ ਵੰਗਾਂ ਵੀ ਨਹੀਂ? ਭਾਈ ਜਾਨ ਅਸਾਂ ਬੈਠੇ ਤਾਂ ਇਕੱਲੇ, ਇਸ ਵਜ੍ਹਾ ਚੂੜੀਆਂ ਬਾਜੀਆਂ ਆਉਂਦੀਆਂ ਲੈਣ ਵਾਸਤੇ, ਉਹ ਕਿਸੇ ਟਾਈਮ ਵਿਕ ਜਾਂਦੀਆਂ, ਕਿਸੇ ਟਾਈਮ ਨਹੀਂ ਵਿਕਦੀਆਂ ਚੂੜੀਆਂ। ਔਰ ਸਾਡੀ ਮਜ਼ਦੂਰੀ ਇਸ ਚੂੜੀਆਂ ਹੀ ਨਾਲ ਹੈ ਕਾਚੀ ਦੇ ਨਾਲ। ਜੇ ਚੂੜੀਆਂ ਨਾ ਵਿਕਣ ਤਾਂ ਸਾੜੀ ਮੈਂ ਡੇਢ ਬੱਚੇ ਪਿੱਛੇ ਭੁੱਖੇ ਪਾਉਣੇ ਜੀ ਉਹਦੇ। ਕੀ ਤੁਸੀਂ ਜਿਸ ਤਰ੍ਹਾਂ ਹੁਣ ਵੰਗਾਰਿਆਂ ਦਾ ਕੰਮ ਤਾਂ ਤਕਰੀਬਨ ਖਤਮ ਹੁੰਦਾ ਜਾ ਰਿਹਾ, ਗਲੀ ਗਲੀ ਤੁਸੀਂ ਫੇਰੀ ਵੀ ਕਰਦੇ ਹੋ, ਕਿਆ ਪਹਿਲੇ ਜਿਹਾ ਕੰਮ ਰਿਹਾ? ਨਹੀਂ ਭਾਈ ਉਹ ਕੰਮ ਤਾਂ ਨਹੀਂ ਰਿਹਾ, ਪਰ ਅਸਾਂ ਇਸ ਤੋਂ ਬਗੈਰ ਸਾਡੀ ਮੋਰ ਮਜ਼ਦੂਰੀ ਵੀ ਕੋਈ ਨਹੀਂ, ਸਾਡਾ ਪਿਓ ਦਾਦੇ ਦਾ ਇੱਕ ਕੰਮ ਹੈ ਚੂੜੀ ਵੇਚਣਾ। ਲੋਕਾਂ ਨੂੰ ਤੁਸੀਂ ਜਿਹੜੇ ਲੋਕ ਨੇ ਜਿਹੜੇ ਕੜੇ ਪਾਉਂਦੇ ਨੇ ਜਾਂ ਕੋਈ ਹੋਰ ਚੀਜ਼ ਪਾਉਂਦੇ ਨੇ, ਉਹਨਾਂ ਨੂੰ ਕੀ ਪੈਗਾਮ ਦਿਓਗੇ ਕਿ ਵੰਗਾਂ? ਅਸੀਂ ਧਿਆਨ ਹੈ ਵੀ ਕੜੇ ਛੜੇ ਛੱਡ ਕੇ ਅਤੇ ਕਾਈ ਦੀ ਚੂੜੀ ਪਾਈ ਹੈ, ਸੁਨਤ ਵੀ ਹੈ ਔਰ ਸਵਾ ਔਰਤ ਅਤੇ ਜਾਇਜ਼ ਸਵਾਗਣ ਤਾਂ ਚੂੜੀ, ਔਰ ਜਿਤਨੀ ਕਾਈ ਦੀ ਚੂੜੀ ਪਾ ਸਨ ਇਤਨੀ ਸੁਨਤ ਵੀ ਹੋਵੇ ਔਰ ਸਵਾ ਵੀ ਹੈ।
ठीक हो गया। ਤੁਸੀਂ ਕਿੰਨੀ ਦੇਰ ਤੋਂ ਚੂੜੀ ਵੇਚ ਰਹੇ ਹੋ? ਅਸੀਂ ਭਾਈ ਬੜੇ ਟਾਈਮ ਤੋਂ ਵੇਚਦਾ ਸਨ ਵੀ ਤਕਰੀਬਨ 20 ਸਾਲ ਹੋ ਗਏ ਚੂੜੀ ਪਿਓ ਦਾਦਾ ਸਾਡੀ ਚੂੜੀ ਵੇਚਦਾ ਆਇਆ ਪਿਛ ਸ਼ੁਰੂ ਤੋਂ। ਤੁਸੀਂ ਚੂੜੀ ਕਿੱਥੋਂ ਲੈ ਕੇ ਆਉਂਦੇ ਹੋ? ਅਸੀਂ ਭਾਈ ਪਿਛੇ ਪਿੰਡੀ ਤੋਂ ਲੈ ਕੇ ਆਣੇ ਰਾਜਾ ਦਾ। ਔਰ ਜ਼ਿਆਦਾ ਚੂੜੀ ਜਿਹੜੀ ਹੈ ਹైదరాబాਦੀ ਜਾਂ ਚੰਗ ਦੀ? ਚੰਗ ਦੀ ਹੈ ਭਾਈ। ਅੱਛਾ ਚੰਗ ਦੀ। ਉਹ ਕਹਿੰਦੇ ਨੇ ਕਿ ਉਹ ਜਿਹੜੀ ਹੈ ਚੰਗ ਦੀ ਵੰਗ ਜਿਹੜੀ ਹੈ ਉਹਦੇ ਮਤਲਬ ਕਿਹਾ ਜਾਂਦਾ ਹੈ ਤੇ ਕੀ ਇੰਨਾ ਕੰਮ ਹੋ ਜਾਂਦਾ ਜਿਹਦੇ ਨਾਲ ਗੁਜ਼ਾਰਾ ਹੋ ਜਾਏ? ਬਸ ਭਾਈ ਮਜ਼ਦੂਰ ਜੇ ਫੇਰੀ ਲੱਗ ਵੰਜੇ ਤੇ ਫਿਰ ਗੁਜ਼ਾਰਾ ਹੋਵਾਂਦਾ, ਜੇ ਨਾ ਲੱਗੇ ਤੇ ਫਿਰ ਬਸ ਮਜਬੂਰ ਹੋਵੇ ਨੇ ਵੱਲਾ ਜੀ। ਤੁਸੀਂ ਮੇਲਾ ਮੇਲਾ ਕਰਦੇ ਹੋ ਜਾਂ ਗਲੀ ਗਲੀ? ਜੀ ਜੀ ਮੇਲਾ ਮੇਲਾ ਤਾਂ ਕਰਨਾ ਹੀ ਆ, ਆਵਾਜ਼ ਵੀ ਦੇਣੀ ਆ, ਚੂੜੀਆਂ ਵੇਚਣੇ ਵੀ ਆ ਸਾ। ਚਲੋ ਅੱਲਾਹ ਤਾਲਾ ਮੁਸ਼ਕਲਾਂ ਆਸਾਨ ਕਰੇ ਔਰ ਤੁਹਾਡੇ ਕੰਮ ਖੁੱਲਣ। ਦੇਖੋ ਭੈਣ ਕਿੰਨੇ ਦਰਦ ਭਰੇ ਲਹਿਜੇ 'ਚ ਨਾਲ ਦੱਸਦੀ ਪਈ ਹੈ ਕਿ ਵੰਗਾਂ ਜਿਹੜੀਆਂ ਨੇ ਵੰਗਾਰੇ ਓਨੀ ਦੇਰ ਤੱਕ ਨੇ ਜਿੰਨੀ ਦੇਰ ਤੱਕ ਵੰਗਾਂ ਹਨ ਔਰ ਵੰਗਾਂ ਚੜ੍ਹਾਉਣ ਵਾਲੇ ਨੇ। ਜਿਸ ਵੇਲੇ ਵੰਗਾਂ ਚੜ੍ਹਾਉਣ ਵਾਲੇ ਚਲੇ ਜਾਣਗੇ ਨਾ ਵੰਗਾਰੇ ਰਹਿਣਗੇ ਅਤੇ ਨਾ ਹੀ ਉਹ ਗਲੀ ਗਲੀ ਦੇ ਵਿੱਚ ਔਕਾ ਆਏਗਾ ਕਿ ਵੰਗਾਂ ਚੜ੍ਹਾ ਲਓ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ। ਅਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਅੱਗੇ ਕੀ ਅਲਫਾਜ਼ ਇਸਤੇਮਾਲ ਕਰਾਂ ਔਰ ਕੀ, ਲੇਕਿਨ ਦੁੱਖ ਜ਼ਰੂਰ ਹੈ ਕਿ ਪੰਜਾਬ ਦਾ ਖਤਮ ਹੁੰਦਾ ਕਲਚਰ ਹੈ। ਇਹ ਬੀਬੀ ਭੈਣ ਸਿਰ ਕੁੰਜ ਕੇ ਸਿਰ 'ਤੇ ਦੁਪੱਟਾ ਲੈ ਕੇ ਆਪਣੀ ਚਾਦਰ ਦੇ ਵਿੱਚ ਬਹਿ ਕੇ ਰਿਸਕੇ ਹਲਾਲ ਕਮਾਉਣ ਦੀ ਕੋਸ਼ਿਸ਼ ਕਰਦੀ ਹੈ, ਲੇਕਿਨ ਕੀ ਹੈ ਕਿ ਅਸੀਂ ਮਾਡਰਨਾਈਜੇਸ਼ਨ ਕੀ ਹੈ, ਅਸੀਂ ਅਰਬਨਾਈਜੇਸ਼ਨ ਦੇ ਵਿੱਚ ਵੜੀ ਜਾਂਦੇ ਹਾਂ। ਬਟ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਜਿਹਦੇ ਨਾਲ ਛੋਟੀਆਂ ਛੋਟੀਆਂ ਖੁਸ਼ੀਆਂ ਜੁੜੀਆਂ ਹੋਈਆਂ ਕਿਸੇ ਦੀਆਂ ਉਹ ਅਸੀਂ ਕਰਨ ਵਾਸਤੇ ਤਿਆਰ ਨਹੀਂ ਹਾਂ। ਭੈਣ ਜੀ ਕੋਈ ਪੈਗਾਮ ਬਾਕੀ ਦੇਣਾ ਚਾਹੋ ਤੁਸੀਂ ਬੀਬੀਆਂ ਭੈਣਾਂ ਲਈ, ਖਾਸ ਕਰਕੇ ਜਿਹੜੇ ਜੋ ਮੇਲੇ ਜਾਂਦੇ ਨੇ? ਭੈਣਾਂ ਵਾਸਤੇ ਹੀ ਪੈਗਾਮ ਦੇਣਾ ਚਾਹੁੰਦੇ ਹਾਂ, ਖਾਸ ਕਰਕੇ ਲਹਿਸਕੋਟ ਨੂੰ ਛੋੜਨ ਔਰ ਸਟੀਲ ਦੀ ਚੂੜੀ ਛੋੜ ਕੇ ਕਾਹਦੀ ਦੀ ਚੂੜੀ ਪਾਵਾਂ। ਸੁਨਤ ਹਾਸਲ ਕਰਨ ਤਾਂ ਅਗਲੇ ਜਾਣ ਜਾ ਕੇ ਸਵਾਬ ਉਹਨਾਂ ਕੋਲ ਸਾਹਬ ਹੋ ਸੀ ਸਵਾਗਣ ਔਰਤ ਨੂੰ ਚੂੜੀ ਦਾ ਤਾਂ ਜ਼ਿਆਦਾਤਰ ਕਾਹਦੀ ਚੂੜੀ ਪਾਵਾਂ। ਬਹੁਤ ਸ਼ੁਕਰੀਆ ਜੀ, ਭੈਣ ਜੀ ਨੇ ਬੜਾ ਪਿਆਰਾ ਮੈਸੇਜ ਦਿੱਤਾ ਕਿ ਖਾਲੀ ਚੂੜੀ ਜਿਹੜੀ ਹੈ ਕੱਚ ਦੀ ਇੱਕ ਬਣਾਓ ਸ਼ਿੰਗਾਰ ਦਾ ਹਿੱਸਾ ਨਹੀਂ ਹੈ, ਇੱਕ ਸੁਨਤ ਵੀ ਹੈ ਔਰ ਅਗਲੇ ਜਹਾਨ ਜਾ ਕੇ ਇੱਕ ਔਰਤ ਦਾ ਜਿਹੜਾ ਸ਼ਿੰਗਾਰ ਹੈ ਉਹ ਚੂੜੀ ਦੇ ਵਿੱਚ ਵੀ ਹੈ। ਅਤੇ ਉਹ ਬਹੁਤ ਵਧੀਆ ਲੱਗਾ ਕਿ ਵੀ ਨਹੀਂ ਲੱਗ ਰਿਹਾ ਕਿ ਇਹਨਾਂ ਦੀ ਬਹੁਤ ਜ਼ਿਆਦਾ ਐਜੂਕੇਸ਼ਨ ਹੋਏਗੀ, ਲੇਕਿਨ ਇਹਨਾਂ ਨੂੰ ਚਾਦਰ ਚਾਰ ਦੀਵਾਰੀ ਔਰ ਥੋੜ੍ਹਾ ਜਿੰਨਾ ਧਰਮ ਬਾਰੇ ਦੀਨ ਬਾਰੇ ਵੀ ਪਤਾ ਹੈ। ਚੱਲਦੇ ਹਾਂ ਅੱਗੇ ਮੇਲੇ 'ਚ, ਦੇਖਦੇ ਹਾਂ ਮਜ਼ੀਦ ਕੀ ਚੱਲ ਰਿਹਾ।